ਸੋ ਹੈਲੋ ਦੋਸਤੋ, ਸਾਰੇ ਬੰਦਿਆਂ ਨੂੰ ਸਤਿ ਸ਼੍ਰੀ ਅਕਾਲ, ਰਾਮ ਰਾਮ। ਸਬਾਈ ਜੀ, ਮੈਂ ਤੁਹਾਡਾ ਆਪਣਾ ਟਿੰਕੂ ਫੋਰਮੈਨ। ਸੋ ਬਾਈ ਜੀ, ਹੁਣ ਰਿਪੇਅਰਾਂ ਦਾ ਜੋ ਸੀਜ਼ਨ ਹੈ ਚਾਲੂ ਹੋ ਚੁੱਕਿਆ ਹੈ, ਔਰ ਖੁੱਲ੍ਹੇ ਟਾਈਮ ਦੇ ਵਿੱਚ ਕਈ ਬਾਈ ਜਿਹਨਾਂ ਰਿਪੇਅਰਾਂ ਕਰਾਉਣੀਆਂ ਨੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਬਾਈ ਜੀ। ਹੁਣ ਆਪਾਂ ਲੱਗੇ ਹੋਏ ਹਾਂ ਗੁਰਮੇਲ ਭਾਅ ਜੀ ਦੀ ਦੁਕਾਨ 'ਤੇ ਸਰਵਿਸ ਕਰਨ, ਰਿਪੇਅਰ ਕਰਨ, ਔਰ ਬਾਈ ਜੀ ਜੋ ਵੀ ਸਮਾਨ ਚਾਹੀਦਾ ਇੱਥੇ ਤੁਰਤ ਬਾਈ ਬਣਾ ਕੇ ਦੇ ਦਿੰਦਾ ਹੈ। ਔਰ 2002 ਦੇ ਵਿੱਚ ਬਾਈ ਜੀ ਨੇ ਮਸ਼ੀਨ ਬਣਾਈ ਸੀ, ਉਸ ਮਸ਼ੀਨ 'ਤੇ ਆਪਾਂ ਸੀਜ਼ਨ ਲਾਇਆ ਸੀ ਇਹਦੇ ਨਾਲ। ਸੋ ਉਸ ਤੋਂ ਬਾਅਦ ਮੈਂ ਇਸ ਬਾਈ ਨੇ ਆਪਣੀ ਖਰਾਦ ਇੱਥੇ ਪਾਈ ਹੋਈ ਹੈ, ਹੁਣ ਇੱਥੇ ਸਾਰਾ ਸਮਾਨ ਹੈ ਜੋ ਨਵਾਂ ਬਣਾ ਕੇ ਦਿੰਦਾ ਹੈ। ਔਰ ਦਿਖਾ ਦਿੰਦੇ ਹਾਂ, ਇੱਕ ਪਹਿਲਾਂ ਕੰਪੈਨ ਬਣਾਈ ਸੀ ਔਰ ਹੁਣ ਇੱਕ ਰੀਪਰ ਵੀ ਬਣਾਇਆ ਹੈ। ਤੁਸੀਂ ਦੇਖ ਸਕਦੇ ਹੋ ਬਿਲਕੁਲ ਤਸੱਲੀ ਬਖਸ਼ ਕੰਮ ਕਰਕੇ ਦਿੰਦੇ ਨੇ ਇਹ ਬਾਈ, ਆਪਣੇ ਹੱਥ ਨਾਲ ਤਿਆਰ ਕੀਤਾ ਹੋਇਆ ਉਹਨੇ ਰੀਪਰ। ਔਰ ਇਹ ਉਹਦੇ ਪਏ ਨੇ ਫਰਮੇ ਸਾਰਾ ਕੁਝ ਮਸ਼ੀਨ ਰੀਪਰ ਉੱਪਰ ਦੇ। ਜੋ ਚੀਜ਼ ਵੀ ਬਣਵਾਉਣੀ ਹੋਵੇ ਵੀਰ ਜੀ, ਇਕੱਲੀ ਚੀਜ਼ ਹੈ ਤੁਸੀਂ ਦੇਖ ਰਹੇ ਹੋ, ਇਹ ਗੁਰੂ ਕਿਰਪਾ ਦੀ ਰਿਪੇਅਰ ਕਰ ਰਹੇ ਹਾਂ। ਇਹਦਾ ਔਗਰ ਜਿਹੜਾ ਨਵਾਂ ਬਣ ਰਿਹਾ, ਔਰ ਉਹ ਔਗਰ ਥੋੜ੍ਹਾ ਖਰਾਬ ਹੋ ਗਿਆ, ਇਸ ਕਰਕੇ ਨਵਾਂ ਬਣਾ ਰਿਹਾ। ਜੋ ਚੀਜ਼ ਵੀ ਨਵੀਂ ਬਣਾਉਣੀ ਹੋਵੇ ਤੁਰਤ ਪੈਰ ਬਾਈ ਜੀ ਇੱਥੇ ਹੋ ਜਾਂਦੀ ਹੈ। ਕੋਈ ਵੀ ਲਾਗੇ ਬੰਦੇ, ਕੋਈ ਵੀ ਬੰਦਾ ਆਪਾਂ ਨੂੰ ਦੇਖ ਰਿਹਾ, ਜਿੰਨੇ ਵੀ ਰਿਪੇਅਰ ਕਰਾਉਣੀ ਹੋਵੇ ਸੋ ਆਪਣੇ ਨੰਬਰ 'ਤੇ ਸੰਪਰਕ ਕਰ ਸਕਦਾ ਬਾਈ ਜੀ, ਆਪਣੇ ਨਾਲ ਗੱਲ ਕਰ ਸਕਦਾ ਹੈ ਇਸ ਬਾਈ ਦੀ ਦੁਕਾਨ 'ਤੇ ਰੋਕ ਕੇ। ਨਾਲੇ ਵੈਲਡਿੰਗ ਦਾ ਕੰਮ ਬਹੁਤ ਵਧੀਆ, ਔਰ ਨਾਲੇ ਜੇ ਕੋਈ ਦਿੱਕਤ ਆਵੇ ਤਾਂ ਆਪਾਂ ਇੱਥੇ ਤੁਰਤ ਪੈਰ ਤਿਆਰ ਕਰਵਾ ਲੈਂਦੇ ਹਾਂ। ਸੋ ਇਹ ਲੱਗੇ ਨੇ ਮਿਸਤਰੀ, ਔਰ ਬਾਈ ਕੀ ਹਾਲ ਹੈ, ਇਹ ਬਾਕੀ ਸਾਰੀ ਪ੍ਰੈਸ ਪ੍ਰੋਸੈਸ ਸਾਰਾ ਕੁਝ ਬਾਈ ਜੀ ਕੋਲ ਹੈਗਾ। ਤਕਰੀਬਨ ਬਹੁਤ ਵਧੀਆ ਦੁਕਾਨ ਪਾਈ ਹੈ, ਕਿਆ ਬਾਤ ਹੈ ਜੀ। ਔਰ ਆਪਾਂ ਯਮੁਨਾ ਨਗਰ ਵੀ ਜਾਂਦੇ ਹਾਂ, ਉੱਥੇ ਵੀ ਬਾਈ ਬਹੁਤ ਵਧੀਆ ਬੰਦੇ 2-3 ਮਿਲੇ ਨੇ ਆਪਾਂ ਨੂੰ ਖਰਾਦ ਵਾਲੇ। ਆਪਾਂ ਤਕਰੀਬਨ ਜਿੱਥੇ ਵੀ ਆਪਾਂ ਜਾਂਦੇ ਹਾਂ, ਔਰ ਇੱਥੇ ਆਪਾਂ ਬਣਾ ਰਹੇ ਹੁਣ ਚਾਹ, ਲਓ ਜੀ ਯੋ ਚਾਹ। ਧੰਨਵਾਦ, ਚੈਨਲ ਨੂੰ ਮੇਰੇ ਜ਼ਰੂਰ ਸਬਸਕ੍ਰਾਈਬ ਕਰ ਲਿਓ, ਔਰ ਨਵੀਂ ਨਵੀਂ ਜਾਣਕਾਰੀਆਂ ਤੁਹਾਨੂੰ ਦੇਵਾਂਗੇ। ਹੁਣ ਅੱਗੇ ਆਪਣੇ ਜਿਵੇਂ ਜਿਵੇਂ ਕੰਮ ਨਿਕਲਦਾ ਹੋਣਾ, ਐਵੇਂ ਐਵੇਂ ਜਾਣਕਾਰੀਆਂ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਅਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਸਾਹਮਣੇ ਸਬਸਕ੍ਰਾਈਬ ਵਾਲਾ ਬਟਨ ਤੁਹਾਨੂੰ ਦਿਸ ਰਿਹਾ, ਸਬਸਕ੍ਰਾਈਬ ਕਰੋ ਔਰ ਨਵੀਂ ਨਵੀਂ ਜਾਣਕਾਰੀਆਂ ਦੇਖੋ। ਧੰਨਵਾਦ ਬਾਈ।